ਕੋਸ਼ਿਸ਼ ਕਰਾਂਗਾ ਇੱਕ ਸ਼ੇਰ ਪੜ੍ਹ ਦੇਣਾ। ਛੱਡ ਦੇ ਸ਼ਰਾਬਾ ਯਾ ਛੱਡ ਦੇ ਅਲੀ। ਜੇ ਸੱਚੀ ਸੁੱਚੀ ਗੱਲ ਲੱਗੀ ਤੇ ਸੁਭਾਨ ਅੱਲਾ ਕਹਿ ਉੱਚੀ ਕਹਿ ਕੇ। ਛੱਡ ਦੇ ਸ਼ਰਾਬਾ ਯਾ ਛੱਡ ਦੇ ਅਲੀ ਨੂੰ, ਕਿਉਂਕਿ ਸ਼ਰਾਬਾ ਵੀ ਪੀਵੇ ਤੇ ਚਾਵੀ ਅਲੀ ਦੇ, ਗਦਾਵੀ ਅਲੀ ਦੇ ਤੇ ਸ਼ਾਵੀ ਅਲੀ ਦੇ। ਮੰਨ ਲੈ ਅਲੀ ਨੂੰ ਜੇ ਜਾਣਾ ਜੰਨਤ, ਮੰਨ ਲੈ ਅਲੀ ਨੂੰ ਜੇ ਜਾਣਾ ਜੰਨਤ, ਕਿਉਂਕਿ ਜੋ ਜੰਨਤ ਨੂੰ ਜਾਂਦੇ ਉਹ ਰਾਵੀ ਅਲੀ ਦੇ, ਗਦਾਵੀ ਅਲੀ ਦੇ ਤੇ ਸ਼ਾਵੀ ਅਲੀ ਦੇ। ਜਿਹੜੇ ਮੇਰੇ ਬੰਦੇ ਪਿੱਛੇ ਬੈਠੇ ਨੇ, ਇੱਕ ਮੇਰੀ ਸਿੱਖ ਹੈ ਜਿਹਨੇ ਜਿਹਨੇ ਤੁਹਾਡੀ ਸੁਭਾਨ ਅੱਲਾ ਸੁਣ ਲਵਾਂ, ਥੋੜ੍ਹੀ ਜਿਹੀ ਮਿਹਰਬਾਨੀ ਫਰਮਾਓ। ਪਾਕਿਸਤਾਨ ਦੀ ਉਹ ਬਾਈ ਇੱਕ ਮਿੰਟ ਦਾ, ਜਿਹੜੀ ਆਰਮੀ ਹੈ ਜਿਹੜੀ ਫੌਜ ਹੈ, ਅਗਰ ਉਹਦਾ ਬੰਦਾ ਵੀ ਕੋਈ ਸ਼ਹੀਦ ਹੋ ਜਾਵੇ ਤੇ ਸੋਹਣੀ ਤੇ ਸੁੱਚੀ ਦਲੇਰੀ ਵੀ ਖਾਵੇ ਤੇ ਹਕੂਮਤ ਪਾਕਿਸਤਾਨ ਉਹਨੂੰ ਨਿਸ਼ਾਨ ਹੈਦਰ ਅਤਾ ਕਰਦੀ ਹੈ, ਜੇ ਮੂੰਹ ਤੇ ਰੌਣਕ ਆਈਏ ਤੇ ਸੁਭਾਨ ਅੱਲਾ ਕਹੇ, ਪਰ ਨਾ ਸੁਭਾਨ ਅੱਲਾ ਨਿਸ਼ਾਨ ਹੈਦਰ। ਹੁਣ ਸ਼ੇਰ ਸੁਣ ਦਰਾ। ਹਾਂ ਦਲੇਰੀ ਦੇ ਤਮਗੇ ਮਿਲੇ ਦੋ ਜਹਾਨੀ, ਦਲੇਰੀ ਦੇ ਤਮਗੇ ਮਿਲੇ ਦੋ ਜਹਾਨੀ, ਫਿਰ ਕਹਿਣਾ ਪਵੇਗਾ ਨੇ ਮਮਨੂਨ ਸਾਰੇ ਸਿਪਾਹੀ ਅਲੀ ਦੇ, ਗਦਾਵੀ ਅਲੀ ਦੇ ਤੇ ਸ਼ਾਵੀ ਅਲੀ ਦੇ। ਆਖਰੀ ਸ਼ੇਰ ਮਕਤਾ। ਭਰੋਸੇ ਨੇ ਹਾਕਿਮ ਨਬੀ ਨੂੰ ਅਲੀ ਤੇ। ਵਾਹ 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 ਵਾਹ, ਕਮਾਲ ਹੈ ਗੁਰੂ। ਇੱਕ ਵਾਰ ਫਿਰ ਸੁਭਾਨ ਅੱਲਾ ਕਹਿ, ਹਿਜਰਤ ਰਾਤ ਯਾਦ ਕਰ ਤੇ ਸ਼ੇਰ ਸੁਣ ਕਰ। ਭਰੋਸੇ ਨੇ ਹਾਕਿਮ ਨਬੀ ਨੂੰ ਅਲੀ ਤੇ, ਬੜੇ ਮੋਤਬਰ ਵਿਸਾਵੀ ਅਲੀ ਦੇ, ਗਦਾਵੀ ਅਲੀ ਦੇ ਤੇ ਸ਼ਾਵੀ ਅਲੀ ਦੇ। ਇਹ ਸਾਰੇ ਤੇ ਸਾਰੇ ਨਿਸਾਵੀ ਅਲੀ ਦੇ, ਗਦਾਵੀ ਅਲੀ ਦੇ ਤੇ ਸ਼ਾਵੀ ਅਲੀ ਦੇ। ਇੱਕ ਬੰਦਾ ਇੱਧਰ ਉੱਠ ਕੇ ਆਇਆ, ਉਹਨੇ ਮੈਨੂੰ ਟੇੜੀ ਪੜ੍ਹਾਈ ਹੈ, ਉਹਦਾ ਇੱਕ ਮਤਲਬ ਪੜ੍ਹ ਦਿੰਦਾ ਔਰ ਇੱਕ ਅੰਤਰਾ ਪੜ੍ਹ ਦਿੰਦਾ। ਐਲੇ ਜ਼ੌਕ ਸੁਭਾਨ ਅੱਲਾ ਕਹਿਣਗੇ, ਸੁਭਾਨ ਅੱਲਾ। ਇੱਕ ਆਦਮੀ ਖੜਾ ਹੈ ਕਿਨਾਰੇ ਫੁਰਾਤ ਕੇ, ਕਿਨਾਰੇ ਫੁਰਾਤ
جس کا علم گڑا ہے کنارے فرات کے, کنارے فرات کے. اور ہے کب کبھی ستاری فوج یزید پر, ہے کب کبھی ستاری فوج یزید پر, یہ کون اب لڑا ہے کنارے فرات کے, کنارے فرات کے. میں یہ نہیں کہتا کہ میں کوئی لغت جھاڑنے کی کوشش کر رہا ہوں یا کوئی علمی دبدبا بنانے کی کوشش کر رہا ہوں. مقتا ہے اور آخری شعر ہے, لیکن اس میں کام ذرا کچھ اور طرح کا ہے. عہد خزاں میں جو کبھی برگ امید تھا, عہد خزاں میں جو کبھی برگ امید تھا, حاکم وہی چھڑا ہے کنارے فرات کے, کنارے فرات. واہ واہ.